ਡਾਕਟਰ ਸਾਹਿਬ, ਮੇਰਾ ਕੁਛ ਟਾਈਮ ਪਹਿਲਾਂ ਆਪਰੇਸ਼ਨ ਹੋਇਆ ਸੀ, ਪਲੇਟਾਂ ਪਈਆਂ ਸੀਗੀਆਂ, ਕੀ ਮੈਨੂੰ ਕਢਵਾਉਣ ਦੀ ਲੋੜ ਹੈ ਜਾਂ ਫਿਰ ਮੇਰਾ ਆਪਰੇਸ਼ਨ ਹੋਣ ਜਾ ਰਿਹਾ, ਕੀ ਆਪਰੇਸ਼ਨ ਤੋਂ ਬਾਅਦ ਮੈਨੂੰ ਇਸ ਨੂੰ ਕਢਵਾਉਣਾ ਪਏਗਾ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਡਾਕਟਰ ਤਰਨਦੀਪ ਸਿੰਘ ਹੈ, ਮੈਂ ਰਣਜੀਤ ਹੋਸਪਿਟਲ ਜਲੰਧਰ ਵਿੱਚ ਔਰਥੋਪੈਡਿਕ ਸਰਜਨ ਹਾਂ। ਇਹ ਜਿਹੜੀਆਂ ਮੈਂ ਪਹਿਲਾਂ ਦੋ ਗੱਲਾਂ ਕੀਤੀਆਂ, ਇਹ ਸਵਾਲ ਅਕਸਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਅਤੇ ਇਹਦੇ ਵਿੱਚ ਅਕਸਰ ਲੋਕਾਂ ਦੇ ਵਿੱਚ ਕਈ ਖਿਆਲ ਆਉਂਦੇ ਨੇ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਲੀਅਰ ਕਰਾਂਗੇ ਕਿ ਜੇ ਤੁਹਾਡਾ ਆਪਰੇਸ਼ਨ ਹੋਇਆ ਹੈ, ਜੇ ਤੁਹਾਨੂੰ ਪਲੇਟਸ ਲਗਾਈਆਂ ਗਈਆਂ ਨੇ ਜਾਂ ਫਿਰ ਤੁਹਾਡੇ 'ਚ ਕੋਈ ਪੇਚ ਲਗਾਏ ਗਏ ਨੇ ਹੱਡੀ ਨੂੰ ਫਿਕਸ ਕਰਨ ਲਈ, ਜਾਂ ਫਿਰ ਕੋਈ ਰੋਡ ਲੱਗੀ ਹੈ ਕਿ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਕਢਵਾਉਣ ਦੀ ਲੋੜ ਪੈਂਦੀ ਹੈ ਜਾਂ ਨਹੀਂ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਰਜੀਕਲ ਹਾਰਡਵੇਅਰ ਕਹਿੰਦੇ ਹਾਂ, ਯਾਨੀ ਕਿ ਉਹ ਚੀਜ਼ਾਂ ਜੋ ਕਿ ਹੱਡੀ ਨੂੰ ਜੋੜਨ ਦੇ ਵਿੱਚ ਮਦਦ ਕਰਦੀਆਂ ਨੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਵਾਂ ਕਿ ਬਹੁਤੀ ਵਾਰ ਜੇ ਤੁਹਾਡੇ ਆਪਰੇਸ਼ਨ ਦੇ ਵਿੱਚ ਇਹ ਚੀਜ਼ਾਂ ਲੱਗੀਆਂ ਨੇ ਤਾਂ ਇਹਨਾਂ ਨੂੰ ਕਢਵਾਉਣ ਦੀ ਲੋੜ ਨਹੀਂ ਪੈਂਦੀ, ਪਰ ਕਈ ਵਾਰੀ ਕੁਝ ਇਹੋ ਜਿਹੇ ਕਾਰਨ ਜਾਂ ਹਾਲਾਤ ਪੈਦਾ ਹੋ ਸਕਦੇ ਨੇ ਜਿਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਨੂੰ ਕਢਵਾਉਣਾ ਜ਼ਰੂਰੀ ਹੋ ਜਾਂਦਾ। ਇੱਕ ਗੱਲ ਸਮਝ ਕੇ ਚੱਲੀਏ ਕਿ ਜਦੋਂ ਵੀ ਅਸੀਂ ਇਹਨਾਂ ਨੂੰ ਕਢਵਾਉਣ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਨਵੀਂ ਸਰਜਰੀ ਹੁੰਦੀ ਹੈ, ਅਤੇ ਸਰਜੀਕਲ ਪ੍ਰੋਸੀਜਰ ਦੇ ਨਾਲ ਹਮੇਸ਼ਾ ਕੁਝ ਰਿਸਕ ਜੁੜੇ ਹੁੰਦੇ ਨੇ ਜੋ ਕਿ ਉਮਰ ਦੇ ਹਿਸਾਬ ਨਾਲ ਜਾਂ ਮਰੀਜ਼ ਦੇ ਮੈਡੀਕਲ ਕੰਡੀਸ਼ਨ ਦੇ ਹਿਸਾਬ ਨਾਲ ਹੁੰਦੇ ਨੇ। ਹਮੇਸ਼ਾ ਆਪਾਂ ਇਹੋ ਜਿਹੇ ਕੇਸਿਸ ਦੇ ਵਿੱਚ ਇੱਕ ਰਿਸਕ ਬੈਨੀਫਿਟ ਰੇਸ਼ੋ ਨੂੰ ਸਟੱਡੀ ਕਰਦੇ ਹਾਂ। ਜੇ ਤਾਂ ਆਪਰੇਸ਼ਨ ਕਰਵਾ ਕੇ ਬੈਨੀਫਿਟ ਬਹੁਤ ਹੀ ਜ਼ਿਆਦਾ ਘੱਟ ਹੈ ਤਾਂ ਇਹਨੂੰ ਕਢਵਾਉਣਾ ਨਹੀਂ ਚਾਹੀਦਾ, ਤੁਹਾਨੂੰ ਆਉਣ ਵਾਲੇ ਟਾਈਮ 'ਚ ਕੋਈ ਵੀ ਪ੍ਰੋਬਲਮ ਨਹੀਂ ਕ੍ਰੀਏਟ ਕਰੇਗਾ। ਕਈ ਵਾਰ ਲੋਕ ਸਾਨੂੰ ਪੁੱਛਦੇ ਆ ਕਿ ਡਾਕਟਰ ਸਾਹਿਬ, ਕਿਤੇ ਇਹ ਅੰਦਰ ਕਦੇ ਕੈਂਸਰ ਤਬਦੀਲ ਤਾਂ ਨਹੀਂ ਹੋ ਜਾਏਗਾ ਜਾਂ ਫਿਰ ਅੰਦਰ ਗਲਣਾ ਤਾਂ ਨਹੀਂ ਸ਼ੁਰੂ ਹੋ ਜਾਏਗਾ? ਜੇ ਤੁਹਾਡੇ ਸਰਜਰੀ ਦੇ ਵਿੱਚ ਇੱਕ ਅੱਛਾ ਇਮਪਲਾਂਟ ਵਰਤਿਆ ਗਿਆ ਹੈ ਤਾਂ ਆਮ ਤੌਰ 'ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਕ੍ਰੀਏਟ ਕਰਦਾ। ਪਹਿਲਾ ਜੋ ਆਮ ਕਾਰਨ ਹੈ ਜਿਹਦੇ 'ਚ ਸਰਜੀਕਲ ਹਾਰਡਵੇਅਰ ਨੂੰ ਕੱਢਣ ਦੀ ਲੋੜ ਪੈਂਦੀ ਹੈ, ਉਹ ਹੈ ਜਦੋਂ ਇਹ ਸਰਜੀਕਲ ਹਾਰਡਵੇਅਰ ਹੀ ਤੁਹਾਨੂੰ ਦਰਦ ਦੇਣਾ ਸ਼ੁਰੂ ਹੋ ਜਾਵੇ, ਅਤੇ ਆਮ ਤੌਰ 'ਤੇ ਇਹ ਉਦੋਂ ਪਰੇਸ਼ਾਨ ਕਰਦਾ ਹੈ ਜਦੋਂ ਇਹਨਾਂ ਦੀ ਵਰਤੋਂ ਉਹ ਜੋੜਾਂ 'ਤੇ ਕੀਤੀ ਜਾਂਦੀ ਹੈ ਜਿਹਦੇ ਉੱਪਰ ਮਾਸਪੇਸ਼ੀਆਂ ਬਹੁਤ ਘੱਟ ਹੁੰਦੀਆਂ ਨੇ ਅਤੇ ਇਹ ਚਮੜੀ ਦੇ ਬਿਲਕੁਲ ਹੀ ਹੇਠਾਂ ਪਏ ਹੁੰਦੇ ਨੇ, ਜਿੱਦਾਂ ਕਿ ਹੰਸ ਦੀ ਹੱਡੀ ਜਾਂ ਫਿਰ ਕੂਣੀ ਜਾਂ ਫਿਰ ਗਿੱਟਾ ਜਾਂ ਫਿਰ ਗੋਡੇ ਦੇ ਅਗਲੇ ਵਾਲੇ ਹਿੱਸੇ 'ਚ। ਦੂਸਰਾ ਕਾਰਨ, ਜਦੋਂ ਤੁਹਾਨੂੰ ਸਰਜੀਕਲ ਹਾਰਡਵੇਅਰ ਨਜ਼ਰ ਹੀ ਆਉਣਾ ਸ਼ੁਰੂ ਹੋ ਜਾਵੇ, ਜਿਵੇਂ ਤੁਹਾਨੂੰ ਹੱਡੀ 'ਚ ਪਈ ਪਲੇਟ ਨਜ਼ਰ ਆਉਣੀ ਸ਼ੁਰੂ ਹੋ ਜਾਣ ਜਾਂ ਪੇਚ ਨਜ਼ਰ ਆ ਜਾਣ, ਅਤੇ ਉਹਦੇ 'ਚ ਸਾਨੂੰ ਇਹਨਾਂ ਨੂੰ ਕੱਢਣਾ ਪੈਂਦਾ ਹੈ। ਤੀਸਰਾ ਕਾਰਨ, ਜਦੋਂ ਇਹ ਇਨਫੈਕਸ਼ਨ ਦਾ ਕਾਰਨ ਬਣ ਜਾਵੇ, ਕਿਉਂਕਿ ਜੋ ਬੈਕਟੀਰੀਆ ਹੈ ਜਾਂ ਕੀਟਾਣੂ ਨੇ ਉਹ ਇਹ ਫੋਰਨ ਮਟੀਰੀਅਲਸ ਨੂੰ ਬਹੁਤ ਜਲਦੀ ਲੱਗਣੇ ਸ਼ੁਰੂ ਹੋ ਜਾਂਦੇ ਨੇ, ਅਤੇ ਇਹੋ ਜਿਹੇ ਕੇਸਿਸ ਦੇ ਵਿੱਚ ਐਂਟੀਬਾਇਓਟਿਕਸ ਵੀ ਕੰਮ ਨਹੀਂ ਕਰਦੇ, ਯਾਨੀ ਕਿ ਜ਼ਖਮ ਸੁਕਾਉਣ ਵਾਲੀਆਂ ਦਵਾਈਆਂ ਫੇਲ ਹੋ ਜਾਂਦੀਆਂ ਨੇ, ਅਤੇ ਇਹੋ ਜਿਹੇ ਕੇਸ ਇਹਨਾਂ ਨੂੰ ਕੱਢਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਚੌਥਾ ਕਾਰਨ, ਜਦੋਂ ਇਹ ਇਮਪਲਾਂਟ ਸਾਡੀ ਨਵੀਂ ਸਰਜਰੀ ਦੇ ਵਿੱਚ ਬਾਧਾ ਬਣ ਜਾਵੇ, ਜਿਵੇਂ ਕਿ ਮੰਨ ਕੇ ਚੱਲੋ ਕਿਸੇ ਦਾ ਚੂਲਾ ਫ੍ਰੈਕਚਰ ਹੋ ਗਿਆ ਹੈ ਅਤੇ ਹੁਣ ਉਹ ਦੁਬਾਰਾ ਪੇਸ਼ੈਂਟ ਨੂੰ ਸੱਟ ਲੱਗ ਜਾਂਦੀ ਹੈ, ਪੁਰਾਣਾ ਫ੍ਰੈਕਚਰ ਜੁੜ ਚੁੱਕਾ ਹੈ ਪਰ ਅੱਜ ਵੀ ਉਹਦਾ ਇਮਪਲਾਂਟ ਜਿਹੜਾ ਹੈ ਉੱਥੇ ਪਿਆ ਹੋਇਆ ਹੈ। ਸਾਨੂੰ ਕਈ ਵਾਰ ਆਪਰੇਸ਼ਨ ਕਰਨ ਲੱਗੇ ਉਹ ਆਪਰੇਸ਼ਨ ਦੇ ਰਾਹ ਵਿੱਚ ਜਦੋਂ ਉਹ ਚੀਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਪੁਰਾਣੀ ਚੀਜ਼ ਨੂੰ ਕੱਢ ਕੇ ਨਵੀਂ ਪਾਈ ਜਾਂਦੀ ਹੈ। ਪੰਜਵਾਂ ਕਾਰਨ, ਜਦੋਂ ਇਹ ਸਰਜੀਕਲ ਹਾਰਡਵੇਅਰ ਫੇਲ ਹੋ ਜਾਵੇ, ਮੰਨ ਕੇ ਚੱਲੀਏ ਕਿ ਜਿਹੜੇ ਸਰਜੀਕਲ ਪ੍ਰੋਸੀਜਰਸ ਨੇ ਉਹਨਾਂ ਦੇ ਵਿੱਚ ਕੁਝ ਕੇਸਿਸ ਕਈ ਵਾਰੀ ਫੇਲ ਵੀ ਹੋ ਸਕਦੇ ਨੇ, ਇਹਦੇ ਕਈ ਕਾਰਨ ਹੁੰਦੇ ਨੇ। ਜਿਹੜੇ ਵੀ ਪਲੇਟ ਸਕਰੂਜ ਹੁੰਦੇ ਨੇ, ਅਸੀਂ ਆਮ ਤੌਰ 'ਤੇ ਸੋਚਦੇ ਹਾਂ ਕਿ ਇਹੀ ਹੱਡੀ ਨੂੰ ਜੋੜ ਰਹੇ ਨੇ, ਜੋ ਕਿ ਇੱਕ ਗਲਤ ਧਾਰਨਾ ਹੈ। ਆਮ ਤੌਰ 'ਤੇ ਇਹ ਸਿਰਫ ਔਰ ਸਿਰਫ ਇੱਕ ਟੁੱਟੀ ਹੱਡੀ ਨੂੰ ਸਪੋਰਟ ਦਿੰਦੇ ਨੇ ਅਤੇ ਜਿੰਨੀ ਦੇਰ ਤੱਕ ਉਹ ਹੱਡੀ ਜੁੜਦੀ ਨਹੀਂ ਉਨੀ ਦੇਰ ਤੱਕ ਉਹ ਸਪੋਰਟ ਦਿੰਦੇ ਰਹਿੰਦੇ ਨੇ, ਪਰ ਜੇ ਕਿਸੇ ਕਾਰਨ ਵਰਸ਼ ਹੱਡੀ ਹੀ ਨਹੀਂ ਜੁੜ ਰਹੀ ਤਾਂ ਕਈ ਵਾਰੀ ਉਹਨਾਂ ਚੀਜ਼ਾਂ 'ਤੇ ਸਟ੍ਰੈਸ ਜ਼ਿਆਦਾ ਆਉਣ ਕਰਕੇ ਉਹ ਚੀਜ਼ ਮੁੜ ਜਾਂਦੀ ਹੈ ਜਾਂ ਫਿਰ ਢਿੱਲੀ ਹੋ ਜਾਂਦੀ ਹੈ ਅਤੇ ਸਮੇਂ ਦੇ ਨਾਲ ਕਈ ਵਾਰੀ ਉਹ ਟੁੱਟ ਵੀ ਜਾਂਦੀ ਹੈ। ਜਿੱਦਾਂ ਇੱਕ ਕੋਈ ਪੇਪਰ ਕਲਿੱਪ ਹੈ, ਜਦੋਂ ਅਸੀਂ ਉਹਨੂੰ ਵਾਰ ਵਾਰ ਮੋੜੀ ਜਾਵਾਂਗੇ ਮੋੜੀ ਜਾਵਾਂਗੇ ਤਾਂ ਇੱਕ ਟਾਈਮ ਜ਼ਰੂਰ ਆਉਂਦਾ ਜਦੋਂ ਪੇਪਰ ਕਲਿੱਪ ਟੁੱਟ ਜਾਂਦਾ ਹੈ। ਇਸੇ ਤਰ੍ਹਾਂ
ਜੇ ਟਾਈਮ ਪਾ ਕੇ ਹੱਡੀ ਜੁੜਦੀ ਨਹੀਂ ਹੈ ਤੇ ਉਹ ਇੰਪਲਾਂਟ ਤੇ ਲਗਾਤਾਰ ਜ਼ੋਰ ਆਣ ਕਰਕੇ ਹਮੇਸ਼ਾ ਉਹ ਚੀਜ਼ ਦੇ ਫੇਲ ਹੋਣ ਦਾ ਡਰ ਹੁੰਦਾ ਹੈ। ਸੋ ਫੇਲ ਹਮੇਸ਼ਾ ਇੰਪਲਾਂਟ ਉਦੋਂ ਹੁੰਦਾ ਜਦੋਂ ਤੁਹਾਡੀ ਹੱਡੀ ਨਹੀਂ ਜੁੜ ਰਹੀ ਹੁੰਦੀ, ਤੇ ਇੱਕ ਵਾਰ ਜਦੋਂ ਹੱਡੀ ਜੁੜ ਜਾਂਦੀ ਹੈ ਉਹ ਇੰਪਲਾਂਟ ਦਾ ਮਕਸਦ ਜਿਹੜਾ ਹੈ ਸਰੀਰ 'ਚ ਪੂਰਾ ਹੋ ਜਾਂਦਾ ਹੈ ਤੇ ਉਹਨੂੰ ਕੱਢਿਆ ਵੀ ਜਾ ਸਕਦਾ। 6ਵਾਂ ਕਾਰਨ ਹੈ ਜੇ ਇਹ ਇੰਪਲਾਂਟ ਜੋੜ 'ਚ ਜਾਣਾ ਸ਼ੁਰੂ ਹੋ ਜਾਵੇ। ਕਈ ਵਾਰ ਅਸੀਂ ਦੇਖਦੇ ਹਾਂ ਕਿ ਚੂਲੇ ਦਾ ਜਾਂ ਗੋਡੇ ਦਾ ਕੋਈ ਓਪਰੇਸ਼ਨ ਹੁੰਦਾ ਹੈ ਅਤੇ ਕਈ ਵਾਰੀ ਪੇਚ ਜਿਹੜੇ ਨੇ ਉਹ ਜੋੜ 'ਚ ਫਸਣੇ ਸ਼ੁਰੂ ਹੋ ਜਾਂਦੇ ਨੇ, ਅਤੇ ਮੰਨ ਕੇ ਚੱਲੀਏ ਜਦੋਂ ਵੀ ਇਹ ਪੇਚ ਜਾਂ ਸਕਰੂਜ ਜੋੜ 'ਚ ਆਉਣੇ ਸ਼ੁਰੂ ਹੋ ਜਾਣ ਅਤੇ ਜਿਹੜਾ ਆਪਣੇ ਜੋੜ ਦਾ ਕਾਰਟਿਲੇਜ ਹੁੰਦਾ ਹੈ ਉਹ ਤੰਗ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਇੱਕ ਵਾਰ ਜਦੋਂ ਕਾਰਟਿਲੇਜ ਪਰੇਸ਼ਾਨੀ 'ਚ ਆਉਣਾ ਸ਼ੁਰੂ ਹੋ ਜਾਵੇ ਤਾਂ ਬਹੁਤ ਵੱਡੀ ਸੰਭਾਵਨਾ ਹੁੰਦੀ ਹੈ ਆਰਥਰਾਈਟਸ ਯਾਨੀ ਕਿ ਜੋੜ ਦੇ ਖਰਾਬ ਹੋਣ ਦੀ। ਇਹੋ ਜਿਹੇ ਕੇਸ ਦੇ ਵਿੱਚ ਵੀ ਇੰਪਲਾਂਟ ਨੂੰ ਕੱਢਣਾ ਹੀ ਸਮਝਦਾਰੀ ਹੁੰਦੀ ਹੈ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕਾਫੀ ਕਾਰਨ ਦੱਸ ਦਿੱਤੇ ਨੇ ਕਿ ਕਿਉਂ ਇੰਪਲਾਂਟ ਨੂੰ ਕੱਢਣ ਦੀ ਲੋੜ ਪੈਂਦੀ ਹੈ, ਪਰ ਇੱਕ ਗੱਲ ਮੰਨ ਕੇ ਚੱਲੋ, ਸੁੱਤੇ ਸ਼ੇਰ ਨੂੰ ਕਦੀ ਵੀ ਜਗਾਉਣਾ ਨਹੀਂ ਚਾਹੀਦਾ ਕਿਉਂਕਿ ਉਹ ਹਮੇਸ਼ਾ ਤੁਹਾਨੂੰ ਪਰੇਸ਼ਾਨ ਕਰੇਗਾ। ਸੋ ਜੇ ਇੰਪਲਾਂਟ ਤੁਹਾਨੂੰ ਇਹ ਉੱਪਰਲੇ 6-7 ਕਾਰਨਾਂ ਕਰਕੇ ਤੰਗ ਨਹੀਂ ਕਰ ਰਿਹਾ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਇਹਨੂੰ ਕਢਵਾਉਣ ਦੀ ਵੀ ਕੋਈ ਲੋੜ ਨਹੀਂ ਹੈ। ਇੱਕ ਨਵਾਂ ਓਪਰੇਸ਼ਨ ਦੁਬਾਰਾ ਜੋੜਨ ਦੀ ਕੋਸ਼ਿਸ਼ ਨਾ ਕਰੋ, ਹਮੇਸ਼ਾ ਕੁਝ ਓਪਰੇਸ਼ਨ ਤੋਂ ਬਚੋ ਜਿਹਦੀ ਲੋੜ ਹੀ ਨਹੀਂ ਹੈ। ਐਂਡ ਦੇ ਵਿੱਚ ਮੈਂ ਗੱਲ ਕਰਨੀ ਚਾਹਾਂਗਾ ਕਿ ਪੇਸ਼ੈਂਟ ਜੇ ਇੰਪਲਾਂਟ ਆਪਣਾ ਕਢਵਾਉਣਾ ਚਾਹੁੰਦਾ ਵੀ ਹੈ ਤਾਂ ਕਦੋਂ ਇੱਕ ਸੇਫ ਪੀਰੀਅਡ ਹੁੰਦਾ ਹੈ ਇਹਨੂੰ ਕਢਵਾਉਣ ਦਾ। ਜਿੰਨੀ ਦੇਰ ਤੱਕ ਹੱਡੀ ਪੂਰੀ ਤਰ੍ਹਾਂ ਜੁੜ ਨਹੀਂ ਜਾਂਦੀ, ਸਟਰੋਂਗ ਮਜ਼ਬੂਤ ਨਹੀਂ ਹੋ ਜਾਂਦੀ, ਯਾਨੀ ਕਿ ਲਗਭਗ 1-2 ਸਾਲ ਉਸ ਤੋਂ ਪਹਿਲਾਂ ਇਹਨੂੰ ਛੇੜਨ ਦੀ ਲੋੜ ਨਹੀਂ ਹੈ, 1-2 ਸਾਲ ਬੀਤ ਜਾਂਦੇ ਨੇ, ਹੱਡੀ ਪੂਰੀ ਤਰ੍ਹਾਂ ਸਖਤ ਹੋ ਜਾਂਦੀ ਹੈ, ਫਿਰ ਇਹਨੂੰ ਸੇਫਲੀ ਤੁਸੀਂ ਕਢਾ ਸਕਦੇ ਹੋ। ਇਸ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਿਓ ਜੇ ਤੁਹਾਨੂੰ ਸਾਡਾ ਇਹ ਕੰਟੈਂਟ ਅੱਛਾ ਲੱਗਾ, ਅਤੇ ਉਹਨਾਂ ਲੋਕਾਂ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਸਵਾਲ ਅੱਜ ਵੀ ਖੜਕਦਾ ਹੈ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡਾ ਜਾਂ ਤੁਹਾਡੇ ਨਜ਼ਦੀਕੀ ਪਰਿਵਾਰ ਦੇ ਵਿੱਚ ਕਿਸੇ ਦਾ ਓਪਰੇਸ਼ਨ ਹੋਇਆ ਹੈ ਅਤੇ ਕਿਸ ਚੀਜ਼ ਦਾ ਓਪਰੇਸ਼ਨ ਹੋਇਆ ਹੈ, ਕਿਸ ਤਰ੍ਹਾਂ ਉਹਨੂੰ ਸੱਟ ਲੱਗੀ ਸੀ ਅਤੇ ਕਿਸ ਤਰ੍ਹਾਂ ਉਸ ਓਪਰੇਸ਼ਨ ਤੋਂ ਬਾਹਰ ਆਇਆ। ਸਤਿ ਸ਼੍ਰੀ ਅਕਾਲ।